ਦੀ ਵਾਪਸੀ ਸਵਾਗਤਯੋਗ ਹੈ ਇਸ ਸੰਯੁਕਤ ਕਿਸਾਨ ਮੋਰਚੇ ਦੀ ਕਿਸਾਨ ਦੀ ਤਫਸਿਆ ਦੀ ਜਿੱਤ ਹੈ ਕਿਸਾਨੀ ਦੀ ਹਿੰਦੁਸਤਾਨ ਦੀ ਦੀ ਜਿੱਤ ਹੈ ਪਰ ਉਸ ਤੇ ਚਰਚਾ ਹੋਣੀ ਚਾਹੀਦੀ ਸੀ ਤਾਂ ਕਿ ਇਹਦੇ ਨਾਲ ਬਿੱਲ ਵਾਪਸੇ ਨਾਲ ਜੋ ਕਿਸਾਨਾਂ ਦੇ ਵੱਡੇ ਇਸ਼ੂ ਹੈ ਜਿਹੜੀ ਪ੍ਰਾਈਸ ਦਾ ਇਸ਼ੂ ਹੈ ਐਮਐਸਪੀ ਦਾ ਜਾਂ ਇਹਦੇ ਨਾਲ ਜੋ ਕੇਸ ਬਣੇ ਉਹ ਇਸ਼ੂ ਹੈ ਖੇਪ ਖੀਰੀ ਕਾਣ ਦਾ ਇਸ਼ੂ ਹੈ ਔਰ ਪਰਚੇ ਜਿਹੜੇ ਦਰਜ ਐ ਉਹ ਇਸ਼ੂ ਹੈ ਇਹ 700 ਸ਼ਹੀਦਿਆਂ ਦਾ ਇਸ਼ੂ ਹੈ ਇਹ ਸਾਰੇ ਇਸ਼ੂ ਤੇ ਚਰਚਾ ਹੋ ਕੇ ਉਹ ਉਹਨੂੰ ਹਾਊਸ ਦੇ ਵਿੱਚ ਉਤੇ ਕਲੈਰਿਟੀ ਹੋਣੀ ਚਾਹੀਦੀ ਸੀ ਕਿ ਕੀ ਕਰਨਾ ਹੈ ਸਰਕਾਰ ਨੇ ਤਾਂ ਕਿ ਕਿਸਾਨ ਸਾਰੀ ਚੀਜ਼ ਸਮਝਣ ਤੋਂ ਬਾਅਦ ਖੁਸ਼ੀ-ਖੁਸ਼ ਆਪਣੇ ਘਰਾਂ ਨੂੰ ਚਲੇ ਜਾਂਦੇ ਇਸ ਕਰਕੇ ਬਿੱਲਾਂ ਦਾ ਵਾਪਸੀ ਤਾਂ ਸਵਾਗਤਯੋਗ ਹੈ ਪਰ ਜੋ ਚਰਚਾ ਨਹੀਂ ਹੋਈ ਉਹ ਅਫਸੋਸਨਾਕ ਹੈ ਐਸਪੀ ਕੀ ਤੋਂ ਮੇਜਰ ਮੰਗ ਹੈ ਜੇ ਅੜੇ ਨਹੀਂ ਹੋਏ ਜੇ ਤੁਹ ਜੇ ਅਗਰ ਐਮਐਸਪੀ ਨਹੀਂ ਮਿਲੇਗੀ ਫਿਰ ਤੋਂ ਕੋਈ ਕਾਨੂੰਨ ਵਾਪਸੀ ਠੀਕ ਹੈ ਬਹੁਤ ਅੱਛੀ ਗੱਲ ਹੈ ਪਰ ਜੇ ਕਿਸਾਨ ਨੂੰ ਉਹਦੀ ਕੀਮਤ ਨਾ ਮਿਲੀ ਇਹ ਵੀ ਉਸ ਤੋਂ ਬਹੁਤ ਬੁਰੀ ਗੱਲ ਹੋ ਜਾਏਗੀ ਅੱਜ ਕਿਸਾਨ ਕਿਉਂ ਖੁਦਕੁਸ਼ੀਆਂ ਕਰ ਰਿਹਾ ਹੈ ਉਹਦਾ ਕਾਰਨ ਇਹ ਹੈ ਕਿ ਉਹਨੂੰ ਐਮਐਸਪੀ ਸਹੀ ਨਹੀਂ ਮਿਲਦੀ ਉਹ ਜੋ ਫਸਲ ਪੈਦਾ ਕਰਦਾ ਉਹਦਾ ਸਹੀ ਬੋਲ ਨਹੀਂ ਮਿਲਦਾ ਜੇ ਉਸਦੀ ਫਸਲ ਦਾ ਬੋਲ ਉਸਨੂੰ 5 ਰੁਪਏ ਕਿਲੋ ਮਿਲਦਾ ਹੈ ਤਾਂ ਮੰਡੀ ਚ ਆ ਕੇ ਉਹ 100 ਰੁਪਏ ਕਿਲੋ ਵਿਕਦੀ ਹੈ ਤੇ ਮੰਡੀ ਜਿਹੜਾ ਟਰੇਡਰ ਹੈ ਉਹ ਖਾ ਜਾਂਦਾ ਹੈ ਰਸਤੇ 'ਚ ਉਹ ਲੁੱਟਿਆ ਜਾਂਦਾ ਹੈ ਖਾਣ ਵਾਲਾ ਵੀ ਲੁੱਟਿਆ ਜਾਂਦਾ ਹੈ ਪੈਦਾ ਕਰਨ ਵਾਲੇ ਲੁੱਟਿਆ ਜਾਂਦਾ ਉਹਨੂੰ ਰੋਕਣ ਵਾਸਤੇ ਤਾਂ ਸੇ ਐਮਐਸਪੀ ਕਹਿੰਦੇ ਆ ਤੇ ਉਹਦੀ ਗਾਰੰਟੀ ਕਹਿੰਦੇ ਆ ਤਾਂ ਕਿਸੇ ਹੌ ਉਸਾ ਸੀ ਰਾਜ ਸਭਾ ਚ ਹਾਜ਼ਰ ਸੀ ਸੀ ਪ੍ਰਧਾਨ ਜੀ ਦੇ ਪਹਿਲੇ ਬਰੋਫਿਕ ਸੀ ਇਹ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਪਹਿਲੇ ਦਿਨ ਹੀ ਆ ਕੇ ਘੰਟੇ ਜੀ ਪਾਸ ਕਰ ਦੇਣਗੇ ਚਰਚਾ ਹੀ ਨਹੀਂ ਕਰਨਗੇ ਇਹ ਚਰਚਾ ਹੁੰਦੀ ਉਸ ਤੇ ਟਾਈਮ ਲੱਗਣਾ ਸੀ ਤਾਂ ਉਹ ਆ ਜਾਣਾ ਸੀ ਜੇ ਚਰਚਾ ਹੀ ਨਹੀਂ ਹੋਈ ਨਾ ਲੋਕ ਸਭਾ ਚ ਹੋਈਏ ਨਾ ਰਾਜ ਸਭਾ ਚ ਸਾਰੀਆਂ ਪਾਰਟੀਆਂ ਰੌਲਾ ਪਾਉਂਦੇ ਰਹੀਆਂ ਰਾਜ ਸਭਾ ਜੀ ਤਾਂ 12 ਮੈਂਬਰ ਸਸਪੈਂਡ ਹੀ ਕਰਤੇ ਗਈ ਪਾਰਟੀਆਂ ਦੇ ਤਾਂ ਫਿਰ ਉਸ ਤੇ ਜੇ ਪ੍ਰਧਾਨ ਜੀ ਆ ਜਾਂਦੇ ਜਾਂ ਨਾ ਜਾਂਦੇ ਦੂਜਿਆਂ ਨੂੰ ਕਿਹੜਾ ਬੋਲਣ ਦੇਤਾ ਜਿਹ ਦੋਸੀ ਕਹਿੰਦੇ ਆ ਕਿ ਜਿਹੜਾ ਬਿੱਲ ਵਾਫਸੀ ਹੈ ਸਵਾਗਤ ਹੈ ਲੇਕਿਨ ਚਰਚਾ ਵਾਸਤੇ ਅਸੀਂ ਟਾਈਮ ਮੰਗਿਆ ਕੱਲ ਵੀ ਕਿਹਾ ਅਸੀਂ ਜਿਹੜਾ ਆਲ ਪਾਰਟੀ ਮੀਟਿੰਗ ਹੋਈ ਤੇ ਚਰਚਾ ਦਾ ਟਾਈਮ ਹੀ ਕੋਈ ਦਿੱਤਾ ਤੇ ਫਿਰ ਜੋ ਆ ਜਾਂਦੇ ਫਿਰ ਕਿਹੜਾ ਉਹ ਆ ਕੇ ਕੋ ਬੋਲ ਕੇ ਕੋ ਗੱਲ ਕਹਿ ਸਕਦੇ ਕਿਸੇ ਦੀ ਵੀ ਸੁਣੀ ਗਈ ਤਾਂ ਵਿੱਚ ਉਹਨਾਂ ਦੀ ਵੀ ਸੁਣੀ ਜਾਂਦੀਆਂ ਦਾ ਦੀ ਵਾਫਸੀ ਸਵਾਗਤਯੋਗ ਹੈ ਇਸ ਸੰਯੁਕਤ ਕਿਸਾਨ ਮੋਰਚੇ ਦੀ ਕਿਸਾਨ ਦੀ ਤਫਸਿਆ ਦੀ ਜਿੱਤ ਹੈ ਕਿਸਾਨੀ ਦੀ ਹਿੰਦੁਸਤਾਨ ਦੀ ਦੀ ਜਿੱਤ ਹੈ ਪਰ ਉਸ ਤੇ ਚਰਚਾ ਹੋਣੀ ਚਾਹੀਦੀ ਸੀ ਤਾਂ ਕਿ ਇਹਦੇ ਨਾਲ ਬਿੱਲ ਵਾਪਸ ਦੇ ਨਾਲ ਜੋ ਕਿਸਾਨਾਂ ਦੇ ਵੱਡੇ ਇਸ਼ੂ ਹੈ ਜਿਹੜੀ ਪ੍ਰਾਈਸ ਦਾ ਇਸ਼ੂ ਹੈ ਐਮਐਸਪੀ ਦਾ ਜਾਇ ਇਹਦੇ ਨਾਲ ਜੋ ਕੇਸ ਬਣੇ ਉਹ ਇਸ਼ੂ ਹੈ ਖਲੀਬ ਖੀਰੀ ਕਾਣ ਦਾ ਇਸ਼ੂ ਹੈ ਔਰ ਪਰਚੇ ਜਿਹੜੇ ਦਰਜਾ ਹੈ ਉਹ ਇਸ਼ੂ ਹੈ ਇਹ 700 ਸ਼ਹੀਦਿਆਂ ਦਾ ਇਸ਼ੂ ਹੈ ਇਹ ਸਾਰੇ ਇਸ਼ੂ ਤੇ ਚਰਚਾ ਹੋ ਕੇ ਉਹ ਉਹਨੂੰ ਹਾਊਸ ਦੇ ਵਿੱਚ ਉਥੇ ਕਲੈਰਿਟੀ ਹੋਣੀ ਚਾਹੀਦੀ ਸੀ ਕਿ ਕੀ ਕਰਨਾ ਹੈ ਸਰਕਾਰ ਨੇ ਤਾਂ ਕਿ ਕਿਸਾਨ ਸਾਰੀ ਚੀਜ਼ ਸਮਝ ਜਦੋਂ ਬਾਦ ਖੁਸ਼ੀ-ਖੁਸ਼ ਆਪਣੇ ਘਰਾਂ ਨੂੰ ਚਲੇ ਜਾਂਦੇ ਇਸ ਕਰਕੇ ਬਿੱਲਾਂ ਦਾ ਵਾਪਸੀ ਤਾਂ ਸਵਾਗਤਯੋਗ ਹੈ ਪਰ ਜੋ ਚਰਚਾ ਨਹੀਂ ਹੋਈ ਉਹ ਅਫਸੋਸ ਦੀ ਗੱਲ ਹੈ। ਉਹ ਐਸਪੀ ਕੀ ਤੋਂ ਮੇਜਰ ਮੰਗ ਹੈ ਜੇ ਅੜੇ ਨਹੀਂ ਹੋਏ ਜੇ ਤੁਹ ਜੇ ਅਗਰ ਐਮਐਸਪੀ ਨਹੀਂ ਮਿਲੇਗੀ ਫਿਰ ਤਾਂ ਕੋਈ ਕਾਨੂੰਨ ਵਾਪਸੀ ਠੀਕ ਹੈ ਬਹੁਤ ਅੱਛੀ ਗੱਲ ਹੈ ਪਰ ਜੇ ਕਿਸਾਨ ਨੂੰ ਉਹਦੀ ਕੀਮਤ ਨਾ ਮਿਲੀ ਇਹ ਵੀ ਉਸ ਤੋਂ ਬਹੁਤ ਬੁਰੀ ਗੱਲ ਹੋ ਜਾਏਗਾ। ਜੀ ਕਿਸਾਨ ਕਿਉਂ ਖੁਸ਼ੀਆਂ ਕਰ ਰਿਹਾ ਹੈ? ਉਹਦਾ ਕਾਰਨ ਇਹ ਹੈ ਕਿ ਉਹਨੂੰ ਐਮਐਸਪੀ ਸਹੀ ਨਹੀਂ ਮਿਲ ਰਹੀ। ਉਹ ਜੋ ਫਸਲ ਪੈਦਾ ਕਰਦਾ ਉਹਦਾ ਸਹੀ ਬੋਲ ਨਹੀਂ ਮਿਲਦਾ। ਜੇ ਉਸ ਦੀ ਫਸਲ ਦਾ ਮੁੱਲ ਉਸ ਨੂੰ 5 ਰੁਪਏ ਕਿਲੋ ਮਿਲਦਾ ਹੈ ਤਾਂ ਮੰਡੀ ਚ ਆ ਕੇ ਉਹ 100 ਰੁਪਏ ਕਿਲੋ ਵਿਕਦੀ ਹੈ ਤੇ ਮੰਡੀ ਜਿਹੜਾ ਟਰੇਡਰ ਹੈ ਉਹ ਖਾ ਜਾਂਦਾ ਹੈ ਰਸਤੇ 'ਚ ਉਹ ਲੁੱਟਿਆ ਜਾਂਦਾ ਹੈ ਲੈ ਖਾਨ ਵਾਲਾ ਵੀ ਲੁੱਟਿਆ ਜਾਂਦਾ ਹੈ ਪੈਦਾਕਰਨ ਵਾਲਾ ਵੀ ਲੁੱਟਿਆ ਜਾਂਦਾ ਹੈ ਉਹਨੂੰ ਰੋਕਣ ਵਾਸਤੇ ਤਾਂ ਸੇ ਐਮਐਸਪੀ ਕਹਿੰਦੇ ਆ ਤੇ ਉਹਦੀ ਗਾਰੰਟੀ ਕਹਿੰਦੇ ਆ ਤਾਂ ਕਿਸੇ ਹੌਸ਼ਾ ਹਾਜ਼ਰ ਸੀ ਰਾਜ ਸਭਾ 'ਚ ਹਾਜ਼ਰ ਸੀ ਸੀ ਪ੍ਰਧਾਨ ਜੀ ਦੇ ਪਹਿਲੇ ਬਲੋਰਫਿਕ ਸੀ ਇਹ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਪਹਿਲੇ ਦਿਨ ਹੀ ਆ ਕੇ ਘੰਟੇ ਜੀ ਪਾਸ ਕਰ ਦੇਣਗੇ ਚਰਚਾ ਹੀ ਨਹੀਂ ਕਰਨਗੇ ਇਹ ਚਰਚਾ ਹੁੰਦੀ ਉਸਤੇ ਟਾਈਮ ਲੱਗਣਾ ਸੀ ਤਾਂ ਉਹ ਆ ਜਾਣਾ ਸੀ ਜੇ ਚਰਚਾ ਹੀ ਨਹੀਂ ਹੋਈ ਨਾ ਪਾਰਲੀਮੈਂਟ ਲੋਕ ਸਭਾ ਚ ਹੋਈਏ ਨਾ ਰਾਜ ਸਭਾ ਚ ਸਾਰੀਆਂ ਪਾਰਟੀਆਂ ਰੌਲਾ ਪਾਉਂਦੇ ਰਹੀਆਂ ਰਾਜ ਸਭਾ 'ਚ ਤਾਂ 12 ਮੈਂਬਰ ਸਸਪੈਂਡ ਹੀ ਕਰਤੇ ਕਈ ਪਾਰਟੀਆਂ ਦੇ ਤਾਂ ਫਿਰ ਉਸਤੇ ਜੇ ਪ੍ਰਧਾਨ ਜੀ ਆ ਜਾਂਦੇ ਜਾਂ ਨਾ ਜਾਂਦੇ ਦੂਜਿਆਂ ਨੂੰ ਕਿਹੜਾ ਬੋਲਣ ਦੇਤਾ ਜਿਦੋਂ ਅਸੀਂ ਕਹਿੰਨੇ ਆ ਕਿ ਜਿਹੜਾ ਬਿੱਲ ਵਾਪਸੀ ਹੈ ਸਵਾਗਤ ਹੈ ਲੇਕਿਨ ਚਰਚਾ ਵਾਸਤੇ ਅਸੀਂ ਟਾਈਮ ਮੰਗਿਆ ਕੱਲ ਵੀ ਕਿਹਾ ਅਸੀਂ ਜਿਹੜਾ ਆਲ ਪਾਰਟੀ ਮੀਟਿੰਗ ਹੋਈ ਤੇ ਚਰਚਾ ਦਾ ਟਾਈਮ ਹੀ ਕੋਈ ਦਿੱਤਾ ਤੇ ਫਿਰ ਜੋ ਆ ਜਾਂਦੇ ਫਿਰ ਕਿਹੜਾ ਉਹ ਆ ਕੇ ਕੋ ਬੋਲ ਕੇ ਕੋ ਗੱਲ ਕਹਿ ਸਕਦੇ ਕਿਸੇ ਦੀ ਵੀ ਸੁਣੀਗੀ ਤਾਂ ਵਿੱਚ ਉਹਦਾ ਵੀ ਨਾ ਸੁਣੀ ਜਾਂਦੀ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੋਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਕੀ ਤੁਹਾਡੀ ਕਿਸਮਤ ਚ ਲੋਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਣੋ ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ 11 ਕੈਂਟੇਜ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜੇ ਕਹਿਣੇ ਤੋਂ ਬਾਅਦ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ

ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 9819937460 ਮੇਰੇ ਬਾਪੂ ਤੇ ਮੇਰੀ ਮਾਂ ਨੇ ਸਾਰੀ ਉਮਰ ਆਪਣੇ ਆਪ ਨੂੰ ਭੁੱਲ ਕੇ ਮੈਨੂੰ ਮੇਰੀ ਜ਼ਿੰਦਗੀ ਵਿੱਚ ਪੌੜੀ ਪੌੜੀ ਚੜ੍ਹਨਾ ਸਿਖਾਇਆ ਮੇਰੀ ਹਰ ਮੁਸ਼ਕਲ ਨੂੰ ਹਰ ਕੀਮਤ ਤੇ ਹੱਲ ਕੀਤਾ ਉਹਨਾਂ ਨੇ ਮੈਂ ਉਹਨਾਂ ਦਾ ਦੇਣਾ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ ਜਿਵੇਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਭੁੱਲ ਸਕਦਾ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਉਹਨਾਂ ਦੀ ਤੇ ਸਾਰੇ ਪੰਜਾਬੀਆਂ ਦੀ ਮਾਂ ਪਾਟੀ ਰਹੀ ਹੈ ਕਦੇ ਉਹ ਬੁਰੇ ਲੱਗਦੇ ਨੇ ਤੇ ਕਦੇ ਚੰਗੇ ਔਰ ਮਾਂ-ਬਾਪ ਕਦੀ ਬਦਲੇ ਨਹੀਂ ਜਾਂਦੇ